ਤੇ ਸਪੈਸ਼ਲ ਪ੍ਰਬੰਧ ਕੀਤਾ ਗਿਆ ਹੈ। ਸਕੂਲ ਦਾ ਪੂਰਾ ਸਟਾਫ ਪਹੁੰਚਿਆ ਹੈ, ਸਾਡੇ ਟੀਚਰ ਸਾਹਿਬਾਨ ਸਾਡੀਆਂ ਮੈਡਮਾਂ ਪਹੁੰਚੀਆਂ ਹੈ, ਸੋ ਉਹਨਾਂ ਨੂੰ ਬੇਨਤੀ ਕਰਦੇ ਸਟੇਜ ਤੇ ਬੈਠਣ ਦੀ ਕਿਰਪਾਲਤਾ ਕਰੋ ਜੀ। ਆਇਆਂ ਨੂੰ ਜੀ ਪਾਸੇ ਸਿੱਖ ਸਰਦਾਰ ਜੀ ਕਬੱਡੀ ਸਾਡੇ ਬਹੁਤ ਹੀ ਸਤਿਕਾਰਯੋਗ ਗਰਮੇਲ ਸਿੰਘ ਜੀ ਜੁਕੇ ਔਰ ਸਵੀਟ ਸ਼ੋਪ ਵਾਲੇ ਲੈ ਵੀ ਕਾਕਾ ਜਿੰਨੀਆਂ ਕਬੱਡੀਆਂ ਲੈ ਕੇ ਜਾਵੇਗਾ ਉਹਨੇ ਹੀ 100 ਰੁਪਏ। ਮੁੰਡੇ ਦਾ ਸਰੀਰ ਬੜਾ ਸੋਹਣਾ ਹੈ ਔਰ ਪੱਪਾ ਦਾ ਬੜਾ ਸ਼ੋਲ ਹੈ। ਲੈ ਵੀ ਸਿੱਖ ਸਰਦਾਰ ਹੈ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਅੱਜ ਫਿਰ ਸਾਨੂੰ ਲਲਕਾਰਦੇ ਨੇ। ਬਾਜਾ ਵਾਲਿਆ ਬਾਜ ਨੂੰ ਭੇਜ ਮੁੜ ਕੇ ਇੱਥੇ ਤਿੱਤਰ ਉਡਾਰੀਆਂ ਮਾਰਦੇ ਨੇ। ਲਓ ਗਰਮੇਲ ਸਿੰਘ ਜੀ ਜੁਕੇ ਵਾਲੇ ਦੇਖਿਓ ਕੌਡੀ 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 ਵਾਲੀ ਗੱਲ ਵਾਹ ਸੁਣਿਆ ਜੇ ਗੱਲ ਬਣੀ ਨਹੀਂ ਗੱਲ ਵੱਖਰੀ ਹੈ। ਮੰਗਾ ਨਾਗ ਜੀ ਸਰਤਾਲ ਵਿੱਚ ਮਿਸਲ ਮਾਰਦੇ ਨੇ 65 ਜਿਹੜਾ ਜਾਫੀ ਦੇ ਖਾਤੇ ਵਿੱਚ ਜੁੜਦਾ ਹੋਇਆ। ਮੈਂ ਇਧਰੇ ਪਾਸੇ ਅਮਰੀਕ ਮੀਕਾ ਜੀ ਮੰਗੇ ਭਾਜੀ ਉਹਨਾਂ ਨੂੰ ਬੇਨਤੀ ਕਰੇਗਾ ਵੀ ਸਕੂਲ ਦਾ ਪੂਰਾ ਸਟਾਫ ਪਹੁੰਚਿਆ ਹੈ, ਸੋ ਇਧਰੇ ਪਾਸੇ ਇਹਨਾਂ ਨੂੰ ਚਿਹਰਾ ਸੋਹਣੇ ਢੰਗ ਨਾਲ ਬਿਠਾ ਦਿੱਤਾ ਜਾਵੇ ਜੀ। ਆਇਆਂ ਨੂੰ ਇਹ ਸਕੂਲ ਦਾ ਸਾਰਾ ਸਟਾਫ ਪਹੁੰਚਿਆ, ਅਸੀਂ ਕਲੱਬ ਵੱਲੋਂ ਜੀ ਆਇਆਂ ਆਖਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਪ੍ਰਬੰਧਕ ਵੀਰ ਸਮੁੱਚੀ ਪੰਚਾਇਤ ਸਕਾਊਟ ਕਰਕੇ ਲੈ ਕੇ ਆ ਰਹੀ ਹੈ। ਸਕੂਲ ਦਾ ਪੂਰਾ ਸਟਾਫ ਪਹੁੰਚਿਆ ਹੈ ਜੋ ਕਿ ਬੱਚਿਆਂ ਨੂੰ ਵਿਦਿਆ ਦਾ ਦਾਨ ਬਖਸ਼ਦੇ ਨੇ। ਸਾਡੇ ਟੀਚਰ ਸਾਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਧੰਨਵਾਦ ਜੀ। ਹਾਂ ਆਲਮਗੀਰ ਨੂੰ ਬੇਨਤੀ ਕਰਦੇ ਹਾਂ ਵੀ ਮੈਗ ਲੈ ਕੇ ਮੈਦਾਨ ਦੇ ਵਿੱਚ ਜਾਵੇ, ਫਿਰ ਵਾਰੋ ਵਾਰੀ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਸੋ ਆਲਮਗੀਰ ਜੀ ਹੈਲੋ ਬਈ ਬੱਚਿਆਂ ਨੂੰ ਬਿਲਕੁਲ ਮੰਗਾ ਨਾਗ ਜੀ ਪਾਣਾ ਇਧਰ ਮੰਗੇ ਜੀ ਕੋਈ ਫੈਸਲਾ ਵੀ ਹੁਣ ਕਿਸੇ ਖਿਡਾਰੀ ਨੇ ਗਾਲ ਨਹੀਂ ਕੱਢਣੀ, ਹੱਥ ਵਾਲ ਕੇ ਬੇਨਤੀ ਹੈ ਮੰਗਾ ਜੀ ਨੋਟ ਕਰ ਦਿਓ। ਹਾਂਜੀ ਬਿਲਕੁਲ ਪਾਣੋ ਲੰਗਾ ਤੇ ਬਿਹਾਰੀਪੁਰ 58 ਕਿਲੋ ਸੈਮੀਫਾਈਨਲ ਮੈਚ ਦੀ ਟੀਮ ਆ ਲਓ ਪਾਣੋ ਲੰਗਾ ਬਿਹਾਰੀਪੁਰ। ਇਹ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ, ਜਿਹੜਾ ਖਿਡਾਰੀ ਗਾਲ ਕੱਢੇਗਾ ਉਹਦੇ ਵਿਰੁੱਧ 2 ਨੰਬਰ ਦੂਸਰੀ ਟੀਮ ਨੂੰ ਮਿਲਣਗੇ ਤੇ ਨੋਟ ਕਰ ਲਓ ਖਿਡਾਰੀ। ਨਾ ਇਧਰ ਸੁਰਖਪੁਰੀਏ ਦੀ ਕਬੱਡੀ ਹੈਪੀ ਦੀ ਤੇ ਖੀਰਾਂ ਵਾਲੀ ਦਾ ਜਫਾ ਕਾਲੇ ਸਿੰਘਾਂ ਲਏ ਬਾਜੀ ਬਾਹਰ ਇੱਥੇ ਬੈਠੋ ਸ਼ੇਰੇ ਬਾਜੀ ਬਾਹਰ ਆ ਰਹੇ ਗਰਾਊਂਡ ਚੋਂ। ਕੋਈ ਟੀਮ ਜਿਹੜੀ ਗਰਾਊਂਡ ਵਿੱਚ ਵਾਧੂ ਨਹੀਂ ਜਾਵੇਗੀ, ਜਿੰਨਾ ਚਿਰ ਮੈਚ ਚੱਲਦਾ ਜਿਹੜੀ ਟੀਮ ਦਾ ਮੈਚ ਖੇਡਿਆ ਜਾ ਰਿਹਾ ਉਹੀ ਗਰਾਊਂਡ ਵਿੱਚ ਹੋਵੇਗੀ। 68 ਕਿਲੋ ਕਾਲਾ ਸਿੰਘਾਂ ਦੀ ਟੀਮ ਆ ਗਈ, ਸਿੱਧੂ ਚੱਠੇ ਦੇ ਖਿਡਾਰੀ ਗਰਾਊਂਡ ਦੇ ਲਾਗੇ ਆ ਰਹੇ। ਲਓ ਜੀ ਆ ਬਿੱਟੂ ਜੀ ਇੱਕ ਮਿੰਟ। ਹਾਂਜੀ ਇਧਰੇ ਪਾਸੇ ਜਿੰਨਾ ਵੀ ਆ ਸਿੱਖ ਸਰਦਾਰ ਮੇਰੀ ਰੋ ਰੇਡਾ ਲੈ ਕੇ ਜਾਏਗਾ ਗਰਮੇਲ ਸਿੰਘ ਜੀ ਜੁਕੇ ਸਵੀਟ ਸ਼ੋਪ ਵਾਲੇ ਉਹਨੇ ਹੀ 100 ਰੁਪਏ। ਬਿੱਟੂ ਜੀ ਐਲਾਨ ਕਰ ਦਿਓ ਕਿਉਂਕਿ ਮੁੰਡੇ ਦਾ ਸਰੀਰ ਬੜਾ ਪਿਆਰਾ। ਅਮਰੀਕ ਮੀਕਾ ਜੀ ਔਰ ਇਧਰੇ ਪਾਸੇ ਸਾਰੀਆਂ ਸੰਗਤਾਂ ਧੰਨਵਾਦ ਕਰਦੇ ਹੋਏ ਆਪਾਂ ਜੀ ਆਇਆਂ ਆਖਦੇ ਹਾਂ। ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੈ ਚੁੱਕੀ ਹੈ, 3 ਜਾਫੀ ਤਿਆਰ ਬਾਰ ਤਿਆਰ ਨੇ। ਲਓ ਕਿਹੜਾ ਨੌਜਵਾਨ ਕੇ ਬੁਢਾਕੇ ਦਿਖਾਵੇਗਾ ਆਪਾਂ ਜ਼ਿਕਰ ਕਰਾਂਗੇ, ਸਮੇਂ ਦਾ ਇੰਤਜ਼ਾਰ ਕਰਨਾ ਪੈਣਾ। ਲਓ ਪਰਲੀ ਕੰਨੀ ਤੇ ਹਲਕਾ ਜਿਹਾ ਟਾਈਕ ਹੈ ਪਰ ਇਧਰੇ ਪਾਸੇ ਪੈਣ ਜਿਹੜਾ ਧਾਵੀ ਦੇ ਖਾਤੇ ਵਿੱਚ ਜੁੜਦਾ ਹੋਇਆ। ਪਾਣੋ ਲੰਗਾ ਤੇ ਬਿਹਾਰੀਪੁਰ ਇਹ 58 ਕਿਲੋ ਦਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਪਾਣੋ ਲੰਗਾ ਤੇ ਬਿਹਾਰੀਪੁਰ। ਪਾਣੋ ਲੰਗਾ ਤੇ ਬਿਹਾਰੀਪੁਰ ਤੋਂ ਬਾਅਦ ਕਾਲਾ ਸਿੰਘਿਆ ਤੇ ਸੰਧੂ ਜੱਠਾ 68 ਕਿਲੋ ਬਾਬਾ ਯੋਗਾ ਸਿੰਘ ਯੂਥ ਸਪੋਰਟਸ ਕਲੱਬ ਪਾਣੋ ਲੰਗਾ ਤੇ ਆਜਲਾ, ਬਾਬਾ ਜਗੀਰਦਾਸ ਕਲੱਬ ਪਾਣੋ ਲੰਗਾ ਤੇ ਮਾਲੂਪੁਰ ਇਹ 68 ਕਿਲੋ ਦੇ ਮੈਚ ਹੋਣਗੇ। ਲੈ ਜਿੱਥੇ ਪਿੰਡਾ ਸਿਗਲੀ ਵਾਲਾ ਪਹੁੰਚਿਆ ਉੱਥੇ ਰਵੀ ਸਿਧਮਾ ਦੋਨਾ ਵਾਲਾ ਤੀਰਥ ਡਾਕਟਰ ਜੀ ਵਿਸ਼ੇਸ਼ ਤੌਰ ਤੇ ਕਲਮਾ ਦੇ ਧਨੀ ਪਹੁੰਚੇ ਨੇ ਆਪਾਂ ਜੀਆਂ ਆਖਦੇ ਹਾਂ ਸਤਿਕਾਰ ਆਖਦੇ ਹਾਂ ਅਮਰੀਕ ਮੀਕਾ ਜੀ ਹੋਣਾ ਵੱਲੋਂ।
ਮੰਗੇ ਹੋਣਾ ਵੱਲੋਂ ਸੀਤਾ ਜੁਕੇ ਤੇ ਨਾਲ ਜੀਤਾ ਜੁਕੇ ਹੋਣਾ ਵੱਲੋਂ ਤੀਰਥਬਾਜੀ ਹੋਣਾ ਵੱਲੋਂ ਜੀ ਆਇਆਂ ਨੂੰ ਆ ਗੀਰੇ ਭਾਜੀ ਆਪਣਾ ਮਾਨ ਸਨਮਾਨ ਹਾਸਲ ਕਰੋ ਜੀ ਤੀਰਥ ਭਾਜੀ ਇਧਰੇ ਪਾਸੇ ਤੁਹਾਡੇ ਮਾਇਆ ਦੇ ਗੱਫੇ ਲੈ ਕੇ ਬੈਠੇ ਨੇ ਗੀਰੇ ਭਾਜੀ ਆ ਜਾਓ ਸਟੇਜ ਦੇ ਉੱਪਰ ਗਰਮੇਲ ਸਿੰਘ ਜੀ ਜੁਕੇ ਸਵੀਟ ਸ਼ੌਪ ਵਾਲੇ ਔਰ 100 ਰੁਪਇਆ ਆ ਸਿੱਖ ਦੀ ਰੇਟ ਤੇ ਕਹਿੰਦੇ ਵੀ ਜਿੰਨੀਆਂ ਕਬੱਡੀਆਂ ਲਿਆਵੇਗਾ ਔਰ ਉਹਨੇ 100 ਰੁਪਏ ਦਾ ਮਾਨ ਸਨਮਾਨ ਕੀਤਾ ਜਾਵੇਗਾ ਹਾਂਜੀ ਕਬੱਡੀ 58 ਕਿਲੋ ਪਾਣੋ ਲੰਗਾ ਤੇ ਬਿਹਾਰੀਪੁਰ ਸਹਿਮੀ ਦੀਆਂ ਟੀਮਾਂ ਤੁਹਾਨੂੰ ਆ ਜਾਣਾ ਲਾ ਖੀਰਾ ਵਾਲੀਆਂ ਦੀ ਕਬੱਡੀ ਤੇ 3 ਰਾਫੀ ਸੁਰਖਪੁਰ ਵਾਲੇ ਨੇ ਕਿੱਕਲ ਗੀਆਂ ਵਾਲਿਆ ਲਿਖਾਂ ਕੀ ਸਿਫਤ ਤੇਰੀ ਕਾਗਜ਼ ਕਰੰਤ ਤੇਰਾ ਆਕਾਰ ਵੱਡਾ ਤੇਰੇ ਚੋਲ ਤੇਰੀ ਵਡਿਆਈ ਵੱਡੀ ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ ਕੀਤੀ ਤਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਸਿਰਾਂ ਦਾ ਤੁਸੀਂ ਵਪਾਰ ਵੱਡਾ ਕਿ ਜੁਗਾਂ ਜੁਗਣਾ ਲੱਥਣਾ ਖਾਲਸੇ ਤੋਂ ਸਿੱਖ ਕਾਮ ਤੇ ਤੇਰਾ ਉਦਾਰ ਵੱਡਾ ਸਿੱਖ ਕਾਮ ਤੇ ਤੇਰਾ ਉਦਾਰ ਵੱਡਾ ਇਧਰ ਹੈਪੀ ਸੁਰਖਪ੍ਰੀਆ ਖੇਡ ਦੇ ਮੈਦਾਨ ਚ ਪਾਉਂਦਾ ਹੈ ਕਬੱਡੀ ਕੇਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਨਾਲ ਫਰਮੇ ਖੇਡੇ ਕਾਕਾ ਕਾਰੀ ਸਾਰੀ ਦਾ ਨਾ ਦੂਸਰੇ ਪਾਸੇ ਜਿੰਦਰ ਨੇ ਵੱਧ ਕੇ ਟਰਾਈ ਕੀਤੀ ਹੈ ਇੱਕ ਪਾਸੇ ਖੀਰਾਵਾਲ ਸਾਡੇ ਜੋਗਾ ਸਿੰਘ ਜੀ ਖੀਰਾਵਾਲ ਭਗਵੰਤ ਸਿੰਘ ਜੀ ਬੋਲਾ ਜੀ ਪੁੱਜੇ ਹੋਏ ਨੇ ਇਹਨਾਂ ਖਿਡਾਰੀ ਨੂੰ ਹੱਲਾ ਸ਼ਰੀ ਦੇਣ ਵਾਸਤੇ ਦੂਸਰੇ ਪਾਸੇ ਸੁਰਖਪੁਰ ਦੀ ਟੀਮ ਆ ਜਿੱਥੇ ਦੇ ਗਾਂਧੀ ਵਰਗੇ ਮੰਗੀ ਵਰਗੇ ਆਰ ਮਹਿੰਦਰ ਸਿੰਘ ਵਰਗੇ ਪ੍ਰਸਿੱਧ ਕਬੱਡੀ ਦੇ ਮਹਾਰਥੀ ਕਦੇ ਦੁੱਲੇ ਵਰਗੇ ਯਾਦੇ ਵਰਗੇ ਯੋਧੇ ਵਰਗੇ ਸੰਜੀਵ ਪੰਡਿਤ ਵਰਗੇ ਸ਼ੀਪੇ ਵਰਗੇ ਕੀਪੇ ਵਰਗੇ ਪ੍ਰਸਿੱਧ ਕਬੱਡੀ ਦੇ ਖਿਡਾਰੀ ਸੰਦੀਪ ਵਰਗੇ ਖੇਡਦੇ ਔਰ ਬੱਲੇ ਬੱਲੇ ਕਰਾਉਂਦੇ ਇਹਨਾਂ ਮੈਦਾਨਾਂ ਦੇ ਵਿੱਚ ਕਿ ਮੰਗੀ ਫਿੱਡੂ ਨੂੰ ਤਾਂ ਲੋਕ ਸਲਾਮਾ ਕਰਦੇ ਨੇ ਰਾਣੇ ਵੰਜ ਦਾ ਅੱਜ ਵੀ ਰੇਡਰ ਪਾਣੀ ਭਰਦੇ ਨੇ ਪਰ ਵਾਹ ਕਿਸਮਤ ਦੇ ਬਲੀਆ ਆਰੀਤੀ ਖੀਰ ਤੇ ਬਣ ਗਿਆ ਦਲੀਆ ਕਿ ਵਾਹ ਉਹ ਕਿਸਮਤ ਦੇ ਬਲੀਆ ਨੰਬਰ ਰੇਡਰ ਦੇ ਵਾਸਤੇ ਜੁੜ ਗਿਆ ਨੰਬਰ ਜੋ ਧਾਵੀ ਦਾ ਹੋ ਚੁੱਕਿਆ ਹੈ ਜਿਹੜੇ ਖਿਡਾਰੀ ਨੂੰ ਕੋਈ ਜਫਾ ਨਹੀਂ ਲੱਗੇਗਾ ਚੱਲਦੇ ਮੈਚ ਵਿੱਚ ਸੀਤਾ ਯੂਕੇ ਤੇ ਜੀਤਾ ਯੂਕੇ ਵੱਲੋਂ 500 ਦਾ ਮਾਨ ਸਨਮਾਨ ਦਿੱਤਾ ਜਾਵੇਗਾ ਸੀਤਾ ਯੂਕੇ ਤੇ ਜੀਤਾ ਯੂਕੇ ਵੱਲੋਂ 500 ਜਿਹੜੇ ਖਿਡਾਰੀ ਨੂੰ ਕੋਈ ਜਫਾ ਨਹੀਂ ਲੱਗੇਗਾ ਰੇਡਰ ਨੂੰ ਜੇ ਕੋਈ ਵੀ ਜਾਫੀ ਲਗਾਤਾਰ 3 ਜਫੇ ਲਾਵੇਗਾ ਤੇ ਉਹਦੇ ਵਾਸਤੇ ਵੀ ਸੀਤਾ ਯੂਕੇ ਤੇ ਜੀਤਾ ਯੂਕੇ ਵੱਲੋਂ 500 ਜਿਹੜਾ ਖਿਡਾਰੀ 3 ਜਫੇ ਲਗਾਤਾਰ ਲਾਵੇਗਾ ਉਹਦੇ ਵਾਸਤੇ ਵੀ 500 ਤੇ ਜਿਸ ਰੇਡਰ ਨੂੰ ਕੋਈ ਜਫਾ ਨਹੀਂ ਲੱਗੇਗਾ ਉਹਦੇ ਵਾਸਤੇ ਵੀ 500 ਚਾਹੇ ਉਹ ਰੇਡਰ 1 ਹੋਵੇ ਚਾਹੇ 2 ਜਿਹੜੇ ਖਿਡਾਰੀਆਂ ਨੂੰ ਕੋਈ ਜਫਾ ਨਹੀਂ ਲੱਗੇਗਾ ਉਹਨਾਂ ਵਾਸਤੇ 500 ਦੇ ਮਾਨ ਹੋਣਗੇ ਨਾ ਇੱਧਰ ਸਿੱਖ ਸਰਦਾਰ ਦੀ ਕਬੱਡੀ ਚਾਹਲ ਸਵੀਟ ਸੈਂਟਰ ਯੂਕੇ ਗੁਰਮੇਲ ਭਾਜੀ ਯੂਕੇ ਵਾਲੇ ਐਲਾਨ ਕਰਦੇ ਵੀ ਨੌਜਵਾਨ ਜਿੰਨੇ ਨੰਬਰ ਜੋੜ ਗਿਆ ਟੀਮ ਦੇ ਵਾਸਤੇ ਉਹਨੇ ਸਾਹ ਦੇਵਾਂਗੇ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਰੱਖ ਸਿਰ ਤੇ ਕਿਸ ਨਿਸ਼ਾਨੀ ਬਾਹ ਵਿੱਚ ਪਾਏ ਕੜੇ ਦੀ ਇੱਕੋ ਕੀਮਤ ਹੈ ਜਿੰਦਗਾਨੀ ਕਿ ਸਿਰ ਸਜ ਦਰਤਾਰ ਦਾ ਬਸ਼ੋ ਆਣੀਆਂ ਕੌਣ ਮੁੱਲ ਪਾਵੇ ਬਈ ਜਿਹੜਾ ਸਿਰ ਤਲੀ ਤੇ ਤਰਦਾ ਸਿੱਖੀ ਉਸੇ ਦੀ ਹੋ ਜਾਵੇ ਨਾ ਸੁਰਜਪਰੀਆ ਮੋਹਰੇ ਹੋ ਗਿਆ ਤੇ ਨੰਬਰ ਤਾੜੀਆਂ ਮਾਰ ਦੇਵੇ ਗੁਰਮੇਲ ਸਿੰਘ ਜੀ ਯੂਕੇ ਵਾਲੇ ਕਹਿੰਦੇ ਜਿੰਨੀਆਂ ਰੇਡਾਂ ਇਸ ਬੱਚੇ ਦੀਆਂ ਹੋਣਗੀਆਂ ਉਹਨੇ 100 ਰੁਪਏ ਬੜਾ ਧੰਨਵਾਦ ਜੀ ਇੱਕ ਇੱਕ ਬੈਂਡ ਜਿਹੜਾ ਲੱਖ ਲੱਖ ਰੁਪਏ ਦਾ ਬੜੀ ਤਕੜੀ ਕਬੱਡੀ ਉਹਦੇ ਪਾਸੇ ਸਾਡੇ ਜਿੰਨੇ ਵੀ ਰੱਬ ਰੂਪੀ ਸੰਗਤਾਂ ਪਹੁੰਚੀਆਂ ਨੇ ਆਪਾਂ ਕਲੱਬ ਵੱਲੋਂ ਜੀ ਆਇਆਂ ਆਖਦੇ ਹਾਂ ਲਾ ਇਧਰ ਹੈਪੀ ਸੁਰਖਪ੍ਰੀਆ ਖੇਡ ਦੇ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਵਾਲੀਬਾਲ ਦਾ ਫਾਈਨਲ ਮੈਚ ਤਲਵੰਡੀ ਚਾਦਰੀਆਂ ਦੇ ਭਾਣੋ ਲੰਗਾ ਦਾ ਖੇਡਿਆ ਜਾ ਰਿਹਾ ਹੈ ਖੇਡ ਦੇ ਮੈਦਾਨ ਜੇ ਇੱਧਰ ਪੈਂਦੀ ਹੋਈ ਕਬੱਡੀ ਤੇ ਸਾਡੇ ਬਿੱਲਾ ਯੂਕੇ ਵਾਲੇ ਪੁੱਜੇ ਆ ਦੀਪਾ ਸ਼ਾਹ ਜੀ ਵੀ ਪੁੱਜੇ ਆ ਬਾਅਦ ਬਾਅਦ ਧੰਨ ਤਾਰੀ ਬਿਹਾਰੀ ਪ੍ਰਿਆ ਵੀ ਪੁੱਜਿਆ ਹੈ ਲਾ ਇੱਧਰ ਹੈਪੀ ਦੀ ਕਬੱਡੀ 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 ਨੰਬਰ ਰੇਡਰ ਦੇ ਵਾਸਤੇ ਅਜੇ ਸਮਾਪਤ ਨਹੀਂ ਹੋਇਆ ਮੈਚ ਅਜੇ ਜਿੱਤਾਂ ਹਾਰਾਂ ਦੇ ਫੈਸਲੇ ਤੈਅ ਕਰਨੇ ਆ ਨੌਜਵਾਨੋ ਇੱਕ ਇੱਕ ਨੰਬਰ ਕੀਮਤੀ ਹੈ ਲਾਸਟ ਕਬੱਡੀ ਹੈ ਜਿੱਤ ਹਾਰ ਵਾਲੀ ਕਬੱਡੀ ਜਿੱਤ ਹਾਰ ਵਾਲੀ ਕਬੱਡੀ ਹੈ ਲਾ ਨਾ ਨਾ ਨੰਬਰ ਹੈ ਤਾੜੀ ਮਾਰਦੇ ਕੁਝ ਦੋਨੋਂ ਟੀਮਾਂ ਦੇ ਵਾਸਤੇ ਜਿਹਦੇ ਵਾਸਤੇ ਨੰਬਰ ਜੁੜੇਗਾ ਉਹ ਜੇਤੂ ਬਣ ਗਏ ਟੀਮ ਮਾਲੂਪੁਰ ਤੇ ਬਾਬਾ ਜਗੀਰਦਾਸ ਕਲੱਬ ਪਾਣੋ ਲੰਗਾ 68 ਕਿਲੋ ਇਹ ਟੀਮਾਂ ਗਰਾਊਂਡ ਵਿੱਚ ਆ ਜਾਣ ਜਲਦੀ ਤੋਂ ਜਲਦੀ ਮਾਲੂਪੁਰ ਤੇ ਬਾਬਾ ਜਗੀਰਦਾਸ ਕਲੱਬ ਪਾਣੋ ਲੰਗਾ ਨੰਬਰ ਰੇਡਰ ਦੇ ਵਾਸਤੇ ਜਿਮ ਦੀ ਚਾਬੀ ਜਿਹੜੇ ਵੀਰ ਕੋਲ ਪਾਉਣ ਦੀ ਕਰਦੇ ਜਿਮ ਦੀ ਚਾਬੀ ਖੀਰਾ ਵਾਲੀ ਜੇਤੂ ਨੰਬਰ ਰੇਡਰ ਦਿੱਤਾ ਗਿਆ ਫੈਸਲਾ ਰੈਫਰੀ ਦਾ ਆਖਰੀ ਹੈ ਭਾਜੀ ਸਵਾਵਾਂ ਨਹੀਂ ਖਾਣੀਆਂ ਜੇ ਸਵਾਵਾਂ ਖਾਣੀਆਂ ਤੇ ਰੈਫਰੀ ਨਾ ਸਦਾ ਕਰੀਏ ਫਿਰ ਸਵਾਵਾਂ ਤੇ ਮੈਚ ਹੋ ਜਾ ਕਰਨਾ ਹਾਂਜੀ ਇਹਦੇ ਪਾਸੇ ਬਗੀਚਾ ਭਾਜੀ
ਸਰਦਾਰ ਅਜੀਤ ਸਿੰਘ ਜੀ ਹੁਣਾਂ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੇ ਬਜ਼ੁਰਗ, ਸੋ ਉਹਨਾਂ ਦਾ ਵੀ ਆਪਾਂ ਧੰਨਵਾਦ ਰੱਖਾਂਗੇ ਜੀ। ਬਈ ਸਿੱਧਾ ਬਾਜੀ ਕਹਿੰਦਾ ਬਈ ਜਿਹੜੇ ਖਿਡਾਰੀ ਕਬੱਡੀ ਦੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਸਵਾਵਾਂ ਖਿਡਾਰੀ ਕਬੱਡੀ ਵਾਲੇ ਹੀ ਖਾਂਦੇ ਆ, ਪਤਾ ਨੀ ਕੀ ਗੱਲ ਹੈ, ਜਦੋਂ ਹਰ ਜਾਂਦੇ ਆ ਤੇ ਸਹੁੰ ਤੇ ਗੱਲ ਆ ਜਾਂਦੀ ਹੈ, ਜਿੱਤ ਜਾਣ ਤੇ ਖੁਸ਼ੀ ਮਨਾਉਂਦੇ ਆ। ਲੋ ਪੀਲੇ ਕਸ਼ੇ ਵਾਲਾ ਸਰਦਾਰ ਇਧਰੇ ਪਾਸੇ ਮੇਰੀ ਰੋ ਆਪਣੇ ਮਾਇਆ ਦੇ ਗੱਫੇ ਆ ਕੇ ਹਾਸਲ ਕਰੇ। ਭਾਜੀ ਬਾਹਰ ਆ ਰਹੇ ਸੁਰਖੂ ਵੀਰੋ, ਬਾਹਰ ਆ ਰਹੇ ਹੁਣ ਮੇਰਾ ਭਰਾ ਖੀਰਾਂ ਵਾਲੀ ਜੇਤੂ ਹੈ, ਇਸ ਨੌਜਵਾਨ ਨੂੰ ਜੀਤੇ ਬਾਜੀ ਕੋਈ ਜਫਾ ਨਹੀਂ ਲੱਗਾ। ਜੀਤਾ ਯੂਕੇ ਤੇ ਸਾਡੇ ਵੀ ਸੀਧਾ ਯੂਕੇ ਵੱਲੋਂ 500 ਦਾ ਮਾਨ ਸਨਮਾਨ। ਹਾਂ ਸਿੱਖ ਸਰਦਾਰ ਵੀ ਆ ਜਾ ਇਧਰੇ ਪਾਸੇ ਆਪਣੇ ਮਾਇਆ ਦੇ ਗੱਫੇ ਹਾਸਲ ਕਰ ਲਾ ਕੇ। ਦੋਨੇ ਟੀਮਾਂ ਬੜੀਆਂ ਤਕੜੀਆਂ ਨੇ, ਅਗਲੇ ਮੁਕਾਬਲੇ ਵੀ ਆਪਾਂ ਮੇਰੇ ਤਕੜੇ ਹੁਣ ਸ਼ੁਰੂਆਤ ਕਰਾਵਾਂਗੇ। ਓਪਨ ਦਾ ਪਹਿਲਾ ਮੁਕਾਬਲਾ ਆਪਾਂ ਜਲਦੀ ਅਲੋਟਮੈਂਟ ਕਰਾਂਗੇ ਵੀ ਕਿਹੜੀ ਟੀਮ ਦੇ ਨਾਲ ਕਿਹਦਾ ਹੋਏਗਾ। ਸੋ ਅਗਲੀਆਂ ਓਪਨ ਦੀਆਂ ਟੀਮਾਂ ਨੂੰ ਵੀ ਬੇਨਤੀ ਕਰਦੇ ਜਿਸਨੇ ਐਂਟਰੀ ਕਰਾਉਣੀ ਹੋਵੇ ਖੁੱਲਾ ਸਾਦਾ ਐਂਟਰੀ ਕਰਾ ਦਿਓ, ਫਿਰ ਅਸੀਂ ਐਂਟਰੀ ਜਿਹੜੀ ਹੈ ਬੰਦ ਕਰ ਦੇਣੀ ਹੈ। ਲਓ ਇਹ ਦੂਜਾ ਸੈਮੀ ਫਾਈਨਲ ਮੈਚ ਬਿਹਾਰੀਪੁਰ ਭਾਣੋ ਲੰਗੇ ਦਾ ਖੇਡਿਆ ਜਾਵੇਗਾ, ਭਾਣੋ ਲੰਗਾ ਬਿਹਾਰੀਪੁਰ। ਜੀਤਾ ਬਾਜ ਯੂਕੇ ਵਾਲੇ 500 ਰੁਪਈਆ ਖੇਡ ਬੋਲਾਂ ਦਾ ਮਾਨ ਕਰਦੇ ਆ, ਬਾਅਦ ਬਾਅਦ ਧੰਨ ਸਿੱਧਾ ਯੂਕੇ ਦਾ ਵੀ ਵੱਡਾ ਮਾਨ ਪੰਜਾਬੀ ਮਾਂ ਬੋਲੀ ਦਾ ਕਰਦਾ ਹੈ। ਭਾਣੋ ਲੰਗਾ ਬਿਹਾਰੀਪੁਰ ਸੈਮੀ ਫਾਈਨਲ ਮੈਚ ਬਾਜੀ ਹੈ, ਪਹਿਲਾਂ ਸ਼ੁਰੂ ਕਰਾਓ ਤੋਂ ਬਾਅਦ 60 ਕਿਲੋ। ਹਾਂਜੀ ਇਧਰੇ ਪਾਸੇ ਸੰਦੀਪ ਸਾਊਂਡ ਸਰਵਿਸ, ਬੜੀ ਪਿਆਰੀ ਸਾਊਂਡ ਹੈ। ਅਗਲੇ ਪਾਸੇ ਮੇਰੀ ਆ ਸਾਰੇ ਖਿਡਾਰੀ ਖੜੇ ਨੇ, ਰੇਤ ਕੱਟੀ ਜਾਂਦੀ ਹੈ। ਸੰਦੀਪ ਜੀ ਥੋੜ੍ਹੇ ਜਿਹਾ ਹਿਲਾ ਦਿਓ ਇਹਨਾਂ ਨੂੰ ਬਈ ਥੋੜ੍ਹੀ ਜਿਹਾ ਸਾਈਡ ਤੇ ਹੋ ਜਾਣ, ਬੜੀ ਮਿਹਰਬਾਨੀ ਹੋਏਗੀ। ਸਾਰੇ ਖਿਡਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਥੋੜ੍ਹੀ ਜਿਹਾ ਸਾਈਡ ਤੇ ਹੋ ਜਾਣ। ਹਾਂਜੀ ਜਿਹਨਾਂ ਨੇ ਮਾਇਆ ਦੇ ਗੱਫੇ ਦਿੱਤੇ ਹੈ ਮੰਗੇ ਭਾਜੀ, ਦੋ ਮਿੰਟ ਹੀ ਲੈਣੇ ਹੈ, ਉਹਨਾਂ ਦਾ ਮਾਨ ਸਨਮਾਨ ਇਧਰੇ ਪਾਸੇ ਕੀਤਾ ਜਾਏਗਾ ਕਿਉਂਕਿ ਮੈਚ ਚਾਲੂ ਨਹੀਂ ਹੋਇਆ, ਦੋ ਮਿੰਟ ਲੈਣੇ ਜੀ ਅਸੀਂ। ਸਰਦਾਰ ਚਰਨਜੀਤ ਸਿੰਘ ਜੀ, ਲਾਲ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦੇ ਇਹਨਾਂ ਨੂੰ ਮਾਨ ਸਨਮਾਨ ਕੀਤਾ ਜਾਵੇਗਾ, ਔਰ ਆਵਾਜ਼ ਸੁਣਦੇ ਹੋਣ ਤੇ ਇਧਰੇ ਪਾਸੇ ਆ ਜਾਣ ਨਾਲ ਦੀ ਨਾਲ ਮਾਨ ਸਨਮਾਨ। ਸਰਦਾਰ ਕਸ਼ਮੀਰ ਸਿੰਘ ਜੀ, ਸਾਨੂੰ ਪ੍ਰੀਤਮ ਸਿੰਘ ਜੀ 1000 ਰੁਪਇਆ ਇਹਨਾਂ ਦੇ ਪਰਿਵਾਰ ਵੱਲੋਂ ਆਇਆ, ਅਸੀਂ ਜੀ ਆਇਆ ਆਖਦੇ ਹਾਂ। ਸੁਭਾ ਸਿੰਘ ਜੀ, ਸਾਨੂੰ ਅਜੀਤ ਸਿੰਘ ਜੀ ਇਹਨਾਂ ਵੱਲੋਂ 2100 ਰੁਪਏ ਆਇਆ, ਅਸੀਂ ਧੰਨਵਾਦ ਆਖਦੇ ਹਾਂ। ਸੇਵਾ ਸਿੰਘ ਜੀ ਤੇ ਰੇਸ਼ਮ ਜੀ ਇਹਨਾਂ ਵੱਲੋਂ 1000 ਰੁਪਏ ਆਇਆ। ਹਾਂਜੀ ਇਹ ਸਟੇਜ ਤੇ ਆ ਕੇ ਮਾਨ ਸਨਮਾਨ ਹਾਸਲ ਕਰਨ ਜੀ ਨਾ ਸੁਣਦੇ ਹੁਣ ਆ ਜਾਓ ਇਧਰੇ ਪਾਸੇ ਸੁਖੀ ਬਾਜੀ ਆਪਣੇ ਜਿਹਨਾਂ ਨੇ ਨਾਮ ਮਾਨ ਬੰਨਣੇ ਕਿਹਨਾਂ ਨੇ। ਹਾਂਜੀ ਥੱਲੜੇ ਪਾਸੇ ਸੁਖਾ ਬਾਜੀ ਸਕੋਟ ਕਰਕੇ ਲੈ ਕੇ ਜਾਓ। ਹਾਂ ਠੀਕ ਹੈ ਜੀ, ਇਧਰੇ ਪਾਸੇ ਫਰੰਟ ਦੇ ਉੱਪਰ ਹੀ ਆਪਾਂ ਸਟੇਡੀਅਮ ਦੇ ਉੱਪਰ ਹੀ ਇਨਾਮਾਂ ਦੀ ਵੰਡ ਕਰਾਂਗੇ। ਬੱਗਾ USA ਉਹਨਾਂ ਨੂੰ ਬੇਨਤੀ ਕਰਦੇ ਹਾਂ, ਅਮਰੀਕ ਸਿੰਘ ਜੀ ਗੋਪੀ UK, ਪਰਮਜੀਤ ਸਿੰਘ ਜੀ ਸ਼ਾਹ ਔਰ ਜਗਦੀਪ ਸਿੰਘ ਜੀ ਸਨ ਆਫ ਆਸਾ ਸਿੰਘ ਜੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਸਤਿਕਾਰਯੋਗ ਸ਼ਖਸੀਅਤਾਂ ਨੇ ਆਪਣਾ ਸਨਮਾਨ ਚਲ ਹਾਸਲ ਕਰਨ ਜੀ ਆ ਜਾਓ। ਜਿਹਨਾਂ ਦੇ ਨਾਂ ਆਪਾਂ ਲੋਸ ਮੀਟ ਕੀਤੇ ਹੈ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਣਾ ਸਨਮਾਨ ਚਿੰਨ ਹਾਸਲ ਕਰ, ਕਿਉਂਕਿ ਨਾਲ ਦੀ ਨਾਲ ਆਪਾਂ ਥੋੜੇ ਥੋੜੇ ਮਾਨ ਸਨਮਾਨ ਦੇਈ ਜਾਣੇ ਨੇ, ਫਿਰ ਸ਼ਾਮ ਨੂੰ ਜ਼ਿਆਦਾ ਰਸ਼ ਪੈ ਜਾਂਦਾ ਤੇ ਗੱਲ ਵੱਖਰੀ ਹੁੰਦੀ, ਫਿਰ ਹਨੇਰਾ ਹੋ ਜਾਂਦਾ। ਸਰਦਾਰ ਗੁਰਮੇਲ ਸਿੰਘ ਜੀ ਚੱਲ ਸਾਹਿਬ, ਸਰਦਾਰ ਬਲਵੰਤ ਸਿੰਘ ਜੀ ਚੱਲ ਸਾਹਿਬ, ਸਰਦਾਰ ਮੁਖਤਿਆਰ ਸਿੰਘ ਜੀ, ਸਰਦਾਰ ਮਲਕੀਤ ਸਿੰਘ ਜੀ ਚੱਲ ਸਾਹਿਬ, ਸਰਦਾਰ ਵਿਰਿੰਦਰ ਸਿੰਘ ਜੀ ਚਾਹਲ, ਮੈਂਬਰ ਪੰਚਾਇਤ ਬਖੀਰ ਸਿੰਘ ਜੀ, ਸਰਦਾਰ ਨਿੰਦਰ ਸਿੰਘ ਜੀ ਇਹਨਾਂ ਨੂੰ ਬੇਨਤੀ ਕਰਦੇ ਵੀ ਇਹ ਇਨਾਮਾਂ ਦੀ ਵੰਡ ਕਰਨਗੇ। ਸੋ ਮੁੱਖ ਸ਼ਖਸੀਅਤਾਂ ਨੇ, ਸੋ ਮੈਂ ਬੇਨਤੀ ਕਰਦਾ ਜਿਹਨਾਂ ਦੇ ਸਮੁੱਚੀ ਪੰਚਾਇਤ ਦੇ ਨਾਲ ਅਲੋਟਮੈਂਟ ਕੀਤੇ ਹੈ ਉਹਨਾਂ ਨੂੰ ਬੇਨਤੀ ਕਰਦੇ ਵੀ ਉਹ ਸਨਮਾਨ ਚੱਲ ਮੇਰੇ ਡਿਸਟ੍ਰੀਬਿਊਟਰ ਕਰਨਗੇ। ਹਾਂਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਚਰਨਜੀਤ ਸਿੰਘ ਜੀ, ਉਹਨਾਂ ਦਾ ਮਾਨ ਸਨਮਾਨ ਹੋਏਗਾ। ਚਰਨਜੀਤ ਸਿੰਘ ਜੀ, ਹਾਂਜੀ ਉਹਨਾਂ ਦਾ ਬੇਟਾ ਜਾਂ ਘਰ ਦਾ ਮੈਂਬਰ ਹੋਵੇ ਮੰਗੇ ਬਾਜੀ। ਹਾਂਜੀ ਇੱਕੋ ਮਿੰਟ ਲੈਣਾ ਬਸ, ਜ਼ਿਆਦਾ ਨਹੀਂ। ਤੀਰਥਬਾਜੀ ਕਹਿੰਦੇ ਵੀ ਜਦੋਂ ਮੈਚ ਸਟਾਰਟ ਹੋ ਗਿਆ ਫਿਰ ਆਪਾਂ ਅੱਧੇ ਸਮੇਂ ਵਿੱਚ ਕਰ ਦੇਣਾ ਜੀ। ਹਾਂਜੀ ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਹੋਏਗਾ। ਆ ਸੁਖੇ ਬਾਜੀ,
ਨਿੱਪਾ ਭਾਜੀ ਕਿੱਥੇ ਆ ਜੀ? ਸੁੱਖੇ ਡਿਊਟੀ ਲਾ, ਉਹਦੇ ਲੋ ਸ਼ੀਲ ਦਾ ਕੱਢ ਕੇ ਲਿਆਉਣ। ਲੋ ਮੈਚ ਵੀ ਬੜਾ ਮੇਰੀ ਉਹ ਫਸਮਾ ਸੈਮੀ ਫਾਈਨਲ ਤੇ ਫਾਈਨਲ ਮੁਕਾਬਲਾ ਮੇਰੀ ਸ਼ੁਰੂ ਹੋ ਚੁੱਕਾ ਹੈ। ਦੋ ਕੁ ਮਿੰਟ ਆਪਾਂ ਲੈਣੇ ਆ, ਫਿਰ ਆਪਾਂ ਮੈਦਾਨ ਦੇ ਨਾਲ ਜੁੜਾਂਗੇ। ਖੇਡ ਕਬੱਡੀ ਮੁੜ ਤੋਂ ਹੀ ਜਿੰਦ ਜਾਨ ਪੰਜਾਬੀਆਂ ਦੀ, ਵਿੱਚ ਵਿਦੇਸ਼ਾਂ ਕਰਦੀ ਉੱਚੀ ਸ਼ਾਨ ਪੰਜਾਬੀਆਂ ਦੀ। ਵਾਗ ਮਸਾਲਾ ਦੱਗਦੇ ਨੇ ਚਿਹਰੇ ਪਰਵਾਨਾ ਦੇ, ਅੱਜ ਪਰਖੇ ਜਾਣੇ ਮਿੱਤਰੋ ਮੈਦਾਨੇ ਜ਼ੋਰ ਜਵਾਨਾਂ ਦੇ। ਹਰਮਨ ਮੇਰੇ ਵੀਰ, ਹਰਮਨ ਜਿੱਥੇ ਆਵਾਜ਼ ਸੁਣਦਾ ਵੀ ਜਲਦੀ ਸਟੇਜ ਤੇ ਪਹੁੰਚੇ। ਹਰਮਨ ਕਬੱਡੀ ਖਿਡਾਰੀ, ਹਰਮਨ ਕਬੱਡੀ ਖਿਡਾਰੀ, ਮੈਂ ਬੇਨਤੀ ਕਰਾਂਗਾ ਜਿੱਥੇ ਆਵਾਜ਼ ਸੁਣਦੇ ਹੈ ਜਲਦੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ। ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਦੇ ਨਾਲ, ਕਸ਼ਮੀਰ ਸਿੰਘ ਜੀ, ਸਰਦਾਰ ਸੂਬਾ ਸਿੰਘ ਜੀ ਔਰ ਉਹਨਾਂ ਦੇ ਨਾਲ ਸੇਵਾ ਸਿੰਘ ਜੀ, ਬੱਗਾ ਯੂ ਐਸ ਏ, ਅਮਰੀਕ ਸਿੰਘ ਜੀ ਗੋਪੀ ਯੂਕੇ, ਪਰਮਜੀਤ ਸਿੰਘ ਜੀ ਸ਼ਾਹ, ਜਗਦੀਪ ਸਿੰਘ ਜੀ ਔਰ ਉਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਖਾਲਸਾ ਔਰ ਭੁਪਿੰਦਰ ਸਿੰਘ ਜੀ, ਉਹਨਾਂ ਦੇ ਨਾਲ ਜਸਵਿੰਦਰ ਸਿੰਘ ਜੀ, ਇਹਨਾਂ ਦਾ ਮਾਣ ਸਨਮਾਨ ਹੋਏਗਾ। ਇਹਨਾਂ ਸ਼ਖਸੀਅਤਾਂ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਇਹਦੇ ਬਸ ਸੇਵ ਦੇ ਉੱਪਰ ਪਹੁੰਚਣ ਦੀ ਕਿਰਪਾਲਤਾ ਕਰੋ। ਲੋ ਇਹਦੇ ਪਾਸੇ ਦੁਨੀਆ ਦਾ ਮਹਾਨ ਤਾਵੀ ਕਾਲਾ ਮੀਆਂ ਪਿੰਡ ਵਾਲਾ ਵਿਸ਼ੇਸ਼ ਤੌਰ ਤੇ ਪਹੁੰਚਾ ਹੈ। ਮੰਨਾ ਬਾਜਵੀ ਲਾਲਪੁਰੀ ਆ, ਲਵੀ ਮੰਨੇ ਬਾਜੀ ਥੋੜੀ ਹੈ, ਅਮਨ ਸੋਨੂ ਬਾਜੀ, ਅਮਰੀਕ ਮੀਕਾ ਜੀ, ਤੁਸੀਂ ਸਕਾਊਟ ਕਰਕੇ ਦੋ ਮਿੰਟ ਗਰਾਊਂਡ ਦੇ ਵਿੱਚ ਲੈ ਕੇ ਜਾਓ। ਅੱਜ ਸਟਾਰ ਖਿਡਾਰੀ ਪਹੁੰਚੇ ਨੇ, ਮੈਂ ਅਮਰੀਕਾ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਦੋ ਮਿੰਟ ਵਾਸਤੇ ਮੈਦਾਨ ਦੇ ਵਿੱਚ ਲੈ ਕੇ ਜਾਣ। ਉਹਦੇ ਪਾਸੇ ਮੇਰੀ ਜੋ ਅਮਨ ਠੀਕੜੀ ਵਿਸ਼ੇਸ਼ ਤੌਰ ਤੇ ਪਹੁੰਚਾ ਹੈ। ਸੋਨੂ ਜੀ ਮੇਰੇ ਵੀ ਭਾਣੋ ਲੰਗੇ ਵਾਲੇ ਧੰਨਵਾਦ ਕਰਦੇ, ਸਟਾਰ ਖਿਡਾਰੀ ਪਹੁੰਚੇ ਨੇ, ਅਸੀਂ ਕਲੱਬ ਵੱਲੋਂ ਜੀ ਆਇਆ ਆਖਦੇ ਹਾਂ। ਮੰਗੇ ਬਾਜੀ ਵੱਲੋਂ ਨਾਲ ਅਮਰੀਕਾ ਮਰੀਕ ਮੀਕਾ ਜੀ ਔਰ ਸੋਨੂ ਬਾਜੀ ਵੱਲੋਂ, ਤੀਰਥ ਬਾਜੀ ਵੱਲੋਂ ਔਰ ਸੀਤਾ ਜੂਕੇ ਉਹਨਾਂ ਦੇ ਨਾਲ ਮੇਰੇ ਜੀਤਾ ਜੂਕੇ, ਸਾਰੇ ਸਟਾਰ ਖਿਡਾਰੀਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ। ਸਰਦਾਰ ਜੋਗਿੰਦਰ ਸਿੰਘ ਜੀ ਪੋਲੋ ਤੇ ਜੋਗਾ ਸਿੰਘ ਜੀ ਕਬੱਡੀ ਖਿਡਾਰੀ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਆਓ ਇਹਦੇ ਪਾਸੇ, ਉਹਨਾਂ ਦਾ ਵੀ ਮਾਨ ਸਨਮਾਨ ਹੋਏਗਾ। ਹਾਂਜੀ ਆ ਜਾਓ ਇਹਦੇ ਪਾਸੇ ਭਾਜੀ, ਆਓ ਆਪਾਂ ਦੋ ਮਿੰਟ ਹੀ ਲੈਣੇ ਹੈ ਕਿਉਂਕਿ ਹਾਂਜੀ ਚਰਨਜੀਤ ਸਿੰਘ ਜੀ ਇਹਨਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ। ਚਿਹਰਾ ਥੋੜੀਆਂ ਸੁੱਖੇ ਭਾਜੀ, ਸਰਪੰਚ ਸਾਹਿਬ ਪਿੱਛੇ ਨੂੰ ਕਰ ਲਓ। ਹਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੇਗਾ ਚਰਨਜੀਤ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ ਹੈ, ਉਹਨਾਂ ਦੇ ਨਾਲ ਕਸ਼ਮੀਰ ਸਿੰਘ ਜੀ ਆ ਜਾਣ। ਹਾਂਜੀ ਉਸ ਤੋਂ ਬਾਅਦ ਸਰਦਾਰ ਸੂਬਾ ਸਿੰਘ ਜੀ ਉਹਨਾਂ ਦਾ ਮਾਨ ਸਨਮਾਨ। ਹਾਂ ਸਰਦਾਰ ਜਸਵਿੰਦਰ ਸਿੰਘ ਜੀ ਪੋਲੋ, ਹਾਂਜੀ ਸਰਦਾਰ ਜਸਵਿੰਦਰ ਸਿੰਘ ਜੀ ਪੋਲੋ ਉਹਨਾਂ ਦਾ ਮਾਨ ਸਨਮਾਨ ਔਰ ਉਹਨਾਂ ਤੋਂ ਬਾਅਦ ਹੈਲੋ ਸਾਡਾ ਵੀਰ ਗੋਪੀ ਜਿਹੜਾ ਕਬੱਡੀ ਓਪਨ ਦੀ ਟੀਮ ਐਂਟਰ ਕਰਦਾ ਇੱਥੇ ਆ ਕੇ ਸਾਡੇ ਵੀ ਹਿੰਦੀ ਹੋਣਾ ਨਾ ਮਿਲੇ ਗੋਪੀ, ਬਹੁਤ ਬਹੁਤ ਧੰਨਵਾਦ। ਇਹਦੇ ਪਾਸੇ ਸਾਡੇ ਤੀਰਥ ਡਾਕਟਰ ਜੀ ਸਿੱਧਵਾਂ ਦੋਨਾਂ ਵਾਲੇ ਜੋ ਕਿ ਮੇਰੇ ਡਾਕਟਰੀ ਦੀ ਸੇਵਾ ਕਰਦੇ ਹੈ, 500 ਰੁਪਏ ਸਾਡੀ ਕਲੱਬ ਨੂੰ ਮਾਣ ਪੇ ਦੇ ਨੇ ਜੀ ਆਇਆਂ ਆਖਦੇ ਹੈ, ਬਹੁਤ ਬਹੁਤ ਧੰਨਵਾਦ ਜੀ। ਔਰ ਅਮਰੀਕ ਮੀਕਾ ਜੀ ਮੰਗਾ ਭਾਜੀ ਕਹਿੰਦੇ ਵੀ ਇੱਕ ਮਿੰਟ ਲੈ ਲਓ ਆਪਾਂ ਮਾਣ ਸਨਮਾਨ ਕਰ ਦਈਏ, ਉਸ ਤੋਂ ਬਾਅਦ ਆਪਾਂ ਤਕੜੇ ਮੁਕਾਬਲੇ। ਲਾਲ ਚੰਦ ਜੀ ਥੀਗਲੀ ਵਾਲੇ ਨਾਲ ਹਰਭਜਨ ਸਿੰਘ ਜੀ ਸਰਪੰਚ ਲੰਮੜਦਾਰ ਸਾਹਿਬ, ਸਾਰੇ ਬਹੁਤ ਸਿੰਘ ਜੀ ਜਿੰਨੇ ਵੀ ਸਾਡੇ ਅੰਕਲ ਜੀ ਪਹੁੰਚੇ ਹੈ, ਸਾਰੇ ਸਤਿਕਾਰਯੋਗ ਸ਼ਹੀਦਾਂ ਨੇ ਔਰ ਸਿਹਤ ਤੇ ਬੈਠਣ ਦੀ ਕਿਰਪਾਲਤਾ ਕਰੋ। ਮੰਗੇ ਬਾਜੀ ਸੁੱਖਾ ਸਰਪੰਚ ਜੀ ਹੋਣਾ ਵੱਲੋਂ, ਅਮਰੀਕ ਮੀਕਾ ਜੀ ਹੋਣਾ ਵੱਲੋਂ, ਪਿੰਡਾਂ ਤੇ ਸੀਤੇ ਭਾਜੀ ਵੱਲੋਂ ਜੀ ਆਇਆ, ਬਹੁਤ ਬਹੁਤ ਧੰਨਵਾਦ ਜੀ। ਸੋ ਮੈਂ ਬੇਨਤੀ ਕਰਾਂਗਾ ਬੱਗਾ ਯੂ ਐਸ ਏ ਉਹਨਾਂ ਦਾ ਮਾਨ ਸਨਮਾਨ, ਅਮਰੀਕ ਸਿੰਘ ਜੀ ਗੋਪੀ ਜੂਕੇ ਉਹਨਾਂ ਦਾ ਮਾਨ ਸਨਮਾਨ, ਪਰਮਜੀਤ ਸਿੰਘ ਜੀ ਸ਼ਾਹ ਹੈਲੋ ਉਹਨਾਂ ਦਾ ਮਾਨ ਸਨਮਾਨ ਹੈ। ਇੱਕ ਮਿੰਟ ਚੱਲਦੇ ਮੈਚ ਸੰਧੂ ਚੱਠਾ 6 ਕਾਲਾ ਸਿੰਘਿਆ 10 ਕਾਲਾ ਸਿੰਘਿਆ ਜੇਤੂ। ਲਾ ਜੀ ਓਪਨ ਦੀ ਐਂਟਰੀ ਜਿਹੜੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ, ਓਪਨ ਦੀ ਹੁਣ ਕੋਈ ਟੀਮ ਐਂਟਰ ਨਹੀਂ ਹੋਵੇਗੀ ਕਬੱਡੀ ਓਪਨ। ਬਾਬਾ ਜਗੀਰਦਾਸ ਕਲੱਬ ਭਾਣੋ ਲੰਗਾ ਤੇ ਮਾਲੂਪੁਰ 68 ਕਿਲੋ ਮੈਚ ਸ਼ੁਰੂ ਕੀਤਾ ਜਾਵੇ ਜੀ। ਹਾਂਜੀ ਹਰਮਨ ਕਬੱਡੀ ਖਿਡਾਰੀ ਜਿੱਥੇ ਆਵਾਜ਼ ਸੁਣਦਾ ਹੈ ਜਲਦੀ ਸਟੇਜ ਤੇ ਪਹੁੰਚੇ। ਹਰਮਨ ਕਬੱਡੀ ਖਿਡਾਰੀ
ਆ ਬਗੀਚੇ ਫੂਰ ਮਾਰ ਆਪਾਂ ਥੋੜ੍ਹੇ ਜਿਹਾ ਕੰਮ ਨਿਬੇੜ ਲਈਏ। ਤੀਰਥ ਬਾਜੀ ਕਹਿੰਦੇ ਹੈਲੋ ਆ ਹਰਮਨ ਜੀ ਆਓ ਇਧਰੇ ਪਾਸੇ। ਅਮਨ ਠੀਕ ਹੈ ਹਾਂਜੀ। ਸੇਵਾ ਸਿੰਘ ਰੇਸ਼ਮ ਸਿੰਘ ਉਹਨਾਂ ਦੇ ਪਰਿਵਾਰ ਦਾ ਬੇਟਾ ਇਧਰਲੇ ਪਾਸੇ ਮਾਨ ਸਨਮਾਨ ਹਾਸਲ ਕਰੇਗਾ। ਹਰੀ ਵਾਲੇ ਵੀਰਾਂ ਹੈਲੋ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਰੈਫਰੀਆਂ ਦੇ ਵਾਸਤੇ ਗਰਾਊਂਡ ਚਾਹ ਬੰਦ ਹੀ ਕਰ ਦਿਓ ਟੈਂਟ ਵਾਲੇ ਵੀਰ। ਸ਼ੀਪਾ ਕਬੱਡੀ ਖਿਡਾਰੀ ਬਿਹਾਰੀ ਪ੍ਰੋਗਰਾਮ ਦੇ ਜੱਜ ਵੀ ਸੁਖਾ ਸਰਪੰਚ ਜੀ ਆਪਾਂ ਨੂੰ ਲੱਗੇ ਦਾ ਮੈਚ ਬਿਹਾਰੀ ਪਰ ਸੈਮੀ ਹੋਣ ਜਾ ਰਿਹਾ ਜੇ ਦੇ ਦਿਓ 5 ਮਿੰਟ ਦੇ ਮੈਚ ਪਹਿਲਾਂ ਖਿਡਾ ਦਈਏ। ਹਾਂਜੀ ਉਸ ਤੋਂ ਬਾਅਦ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ। ਜਗਦੀਪ ਸਿੰਘ ਜੀ ਹਾਂਜੀ ਅੰਤਰ ਰਾਸ਼ੀ ਮੇਰੇ ਕਬੱਡੀ ਖਿਡਾਰੀ ਢਿੰਦਾ ਬਾਜੀ ਠਿਗੜੀ ਵਾਲਾ ਉਹਨਾਂ ਦੇ ਡੈਡੀ ਜੀ ਸਾਡੀ ਕਮੇਟੀ ਨੂੰ ਮਾਣ ਭੇਜਦੇ ਨੇ ਉਹਨਾਂ ਦਾ ਵੀ ਮਾਨ ਸਨਮਾਨ ਹੋਏਗਾ। ਸਰਦਾਰ ਬੋਹੜ ਸਿੰਘ ਜੀ ਠਿਗੜੀ ਵਾਲੇ ਕਾਲੇ ਬਾਜੀ ਇੱਕੋ ਮਿੰਟ ਲੈਣਾ ਬਸ ਇੱਕੋ ਮਿੰਟ ਕਹਿੰਦੇ ਆਪਾਂ ਜਲਦੀ ਮਾਨ ਸਨਮਾਨ ਕਰ ਲਈਏ। ਜੋਗੇ ਵਾਲੀ ਆ ਮੇਰੀ ਰੇਡਰ ਇੰਦਰਜੀਤ ਉਧਰ ਜਿਮ ਦੇ ਵਿੱਚ ਪਹੁੰਚੇ ਖਿਡਾਰੀ ਵੇਟ ਕਰਦੇ ਆ ਇੰਦਰਜੀਤ ਜੋਗੇ ਵਾਲੀ ਆ। ਸਰਦਾਰ ਬੋਹੜ ਸਿੰਘ ਜੀ ਆ ਪਰਚੀ ਫੜਿਓ ਕੋਈ ਗੱਲ ਨਹੀਂ ਤੁਹਾਡਾ ਬੜਾ ਮਾਣ ਹੈ ਜੀ ਹਰੇਕ ਟੂਰਨਾਮੈਂਟ ਕਮੈਂਟਰਾਂ ਦਾ ਕੋਚਾਂ ਦਾ ਮਾਣ ਕਰਦੇ ਨੇ ਸੋ ਆਪਾਂ ਧੰਨਵਾਦ ਆਖਾਂਗੇ। ਮਾਣ ਸਨਮਾਨ ਬੜੇ ਜ਼ਰੂਰੀ ਨੇ। ਉਸ ਤੋਂ ਬਾਅਦ ਜਸਵਿੰਦਰ ਸਿੰਘ ਜੀ ਪੋਲਾ ਹੈਲੋ ਹਾਂਜੀ ਜੋਗਾ ਸਿੰਘ ਜੀ ਮੈਂਬਰ ਪੰਚਾਇਤ ਸੁਖੇ ਭਾਜੀ ਉਹਨਾਂ ਦਾ ਮਾਨ ਸਨਮਾਨ ਜੋਗਾ ਸਿੰਘ ਜੀ ਮੈਂਬਰ ਪੰਚਾਇਤ ਉਹ ਆਪਣਾ ਸਨਮਾਨ ਚਿੰਨ੍ਹ ਹਾਸਲ ਕਰਨ ਜੀ ਹਾਂ ਜੱਗੂ ਮੇਰਾ ਵੀਰ ਜੱਗੂ ਨੂੰ ਬੇਨਤੀ ਕਰਦੇ ਹਾਂ ਆ ਬਾਕੀ ਦੇ ਆਪਾਂ ਮਾਨ ਸਨਮਾਨ ਸਰਪੰਚ ਸਾਹਿਬ ਹੁਣ ਬਾਅਦ ਵਿੱਚ ਕਰਾਂਗੇ ਕਿਉਂਕਿ ਆਪਾਂ ਮੈਚ ਹੀ ਬੜੇ ਤਕੜੇ ਸ਼ੁਰੂ ਹੋ ਗਏ ਨੇ ਸੋ ਓਪਨ ਦਾ ਜਿਹੜਾ ਮੇਰੀ ਪਹਿਲਾ ਮੁਕਾਬਲਾ ਆਪਾਂ ਜਲਦੀ ਅਨਾਊਂਸਮੈਂਟ ਕਰਾਂਗੇ ਬੜਾ ਤਕੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਤਰਲੋਕ ਮੱਲੀ ਜੀ ਔਰ ਇਹਦੇ ਪਾਸੇ ਗੁਰਦੇਵ ਮਿੱਠਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਹੁਣ ਦਰਸ਼ਨ ਹੋਏ ਨੇ ਕਿਤੇ ਪਿਛਲੇ ਪਾਸੇ ਜਾ ਕੇ ਬੈਠੇ ਨੇ ਬਹੁਤ ਬਹੁਤ ਧੰਨਵਾਦ ਔਰ ਸਤਨਾਮ ਨਾਮੀ ਸਰਪੰਚ ਸਾਹਿਬ ਡਡਵਿੰਡੀ ਵਾਲੇ ਔਰ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਚਾਹ ਪਾਣੀ ਪੀ ਕੇ ਤਿਆਰੀ ਫੜ ਲਓ ਫਿਰ ਮੈਦਾਨ ਦੀ ਆਪਾਂ ਰਲ ਮਿਲ ਕੇ ਸੇਵਾ ਕਰਨੀ ਹੈ। ਲਾਈਡਰ ਖੇਡ ਦੇ ਮੈਦਾਨ ਵਿੱਚ ਭਾਣ ਉਲੰਘੇ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਬਿਹਾਰੀਪੁਰ ਨਾਲ ਨਾ ਇੱਧਰ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਭਾਣ ਉਲੰਘੇ ਦੀ ਧਰਤੀ ਜਿੱਥੇ ਅੱਜ ਮਾਂ ਖੇਡ ਕਬੱਡੀ ਦਾ ਵੱਡਾ ਮਹਾਂਕੁੰਭ ਹੈ ਤਾੜੀ ਮਾਰ ਦਿਓ ਪਹਿਲੀ ਕਬੱਡੀ ਲੱਲੇ ਨਾੜ ਬੰਦੀ ਜਿਹੜੇ ਖਿਡਾਰੀ ਨੂੰ ਕੋਈ ਜਹਾਨੀ ਲੱਗੇਗਾ ਤੇ 500 ਰੁਪਇਆ ਜੀਤਾ ਯੂਕੇ ਤੇ ਸਾਡੇ ਵੀਰ ਨਾਲ ਸੀਤਾ ਯੂਕੇ ਵੱਲੋਂ 500 ਦੇ ਤਾਂ ਜਾਵੇਗਾ ਜਿਹੜਾ ਖਿਡਾਰੀ ਲਗਾਤਾਰ 3 ਦਫੇ ਲਾ ਗਿਆ ਤੇ ਮੰਗੇ ਵੀਰ ਉਸ ਲਈ ਵੀ 500 ਰੁਪਇਆ ਲਓ ਇਸ ਦੀ ਲੱਕੀ ਨੌਜਵਾਨ ਮੋਤੀ ਦਾ 20 ਨਹੀਂ ਦਫਾ ਭਰ ਸਕਿਆ ਪਾ ਵੀ ਅਮਨਿਆ ਕਬੱਡੀ ਇਹ ਅਮਨ ਦੀ ਕਬੱਡੀ ਦੇ ਨਾਲ ਫਿਰ ਆਪਾਂ ਜੁੜੀਏ ਖੇਡ ਦੇ ਮੈਦਾਨ ਵਿੱਚ ਸਾਡੇ ਸੂਬਾ ਸਿੰਘ ਮਠਾਰੂ ਯੂਕੇ ਤੇ ਨਾਲ ਸਾਡੇ ਵੀਰ ਬਲਵਿੰਦਰ ਸਿੰਘ ਖੜਾਕ ਯੂਕੇ ਹਰਦੀਪ ਯੂਕੇ ਵੱਲੋਂ ਅਮਨ ਜਿੰਨੇ ਨੰਬਰ ਜੋੜੇਗਾ ਉਹਨੇ 100 ਦਿੱਤੇ ਜਾਣਗੇ ਤੇ ਇੱਧਰ ਮੋਤੀ ਵੀਰ ਲੱਕੀ ਜਿੰਨੇ ਦਫੇ ਲਾਵੇਗਾ ਉਹਨੇ 100 ਦਿੱਤੇ ਜਾਣਗੇ ਲੱਕੀ ਜਿੰਨੇ ਦਫੇ ਲਾਵੇਗਾ ਜੀਤਾ ਯੂਕੇ ਤੇ ਸੀਤਾ ਯੂਕੇ ਕਹਿੰਦੇ ਵੀ ਉਹਨੇ 100 ਸਾਡੇ ਵੱਲੋਂ
ਲਾ ਬਿਹਾਰੀ ਪ੍ਰੀਆ ਦੀ ਕਬੱਡੀ ਖੇਡ ਦੇ ਮੈਦਾਨ ਪੈ ਚੁੱਕੀ ਹੈ। ਲਾ ਵੀ ਸੀ ਦੇ ਵਿੱਚ ਤੱਕ ਸਾਹਮਣੇ ਭਾਰੋ ਲੰਗੇ ਵਾਲੇ ਚਾਰ ਰਾਹੀ ਹੈ, ਕਹਿੰਦੇ ਵੀ ਕੰਪਿਊਟਰ ਘੇੜੀ ਮੰਨੀ ਗਈ ਹੈ। ਮਾਂ ਖੇਡ ਕਬੱਡੀ ਦੇ ਖਿਡਾਰੀਆਂ ਜਦੋਂ ਗੱਲ ਹੁੰਦੀ ਹੈ ਇੱਕ ਸਹੀਦੋਗੇ ਦੀ ਤੇ ਇੱਕ ਭਾਰੋ ਲੰਗੇ ਵਾਲਿਆਂ ਦੀ, ਲਾ ਲੰਬੀ ਪਾ ਜਿਹਾ ਮੰਨਾ ਮਣ ਕੀ ਨਹੀਂ ਰਹਾ ਲਾ ਸਕੇ ਨੰਬਰ ਰੇਡਰ ਦੇ ਵਾਸਤੇ ਜੁੜ ਗਿਆ ਹੈ। ਲਾ ਲਵਪ੍ਰੀਤ ਸਿੰਘ ਦਸ ਨੰਬਰ ਇਸ ਮੈਚ ਦੇ ਪੰਦਰਾਂ ਨੰਬਰ ਇਸ ਮੈਚ ਦੇ ਆਏ ਹੈ ਲਵਪ੍ਰੀਤ ਸਿੰਘ ਲੱਲਾ। ਲਾ ਨੰਬਰ ਆਪਣੀ ਟੀਮ ਦੇ ਵਾਸਤੇ ਜੁੜ ਗਿਆ ਹੈ। ਤਾਂ ਵੀ ਆਤੂ ਸਿਆ ਕਬੱਡੀ, ਲਾ ਇਹ ਹੈ ਆਤੂ ਨਾਨਵਾਨ ਖੇਡ ਦੇ ਮੈਦਾਨ ਦੇ ਜਿਸ ਵੇ ਕਬੱਡੀ ਪਾਉਣ ਦੇ ਲਈ ਵਧਿਆ ਗੱਭਰੂ ਸਾਹਮਣੇ ਚਾਰ ਰਾਹੀ ਨੇ ਤਿਆਰ ਵਾ ਤਿਆਰ। ਲਾ ਚੰਡਿਆਂ ਗਡਾਸਿਆਂ ਦੇ ਬਾਹਰ ਨਹੀਂ ਚੱਲਦੇ ਤੇਦਰ ਮੋਠਾ ਵਾਲਾ ਸੋਨੂੰ ਇਸ਼ਾਰਾ ਕਰਦਾ ਵੀ ਨੰਬਰ ਇੰਟਰ ਦੇ ਵਾਸਤੇ ਜੁੜ ਗਿਆ ਹੈ। ਤਾਂ ਵੀ ਕਬੱਡੀ ਨਾਨਵਾਨ ਇਹ ਆ ਨਾਨਵਾਨ ਲਵਪ੍ਰੀਤ ਸਿੰਘ ਇਸੇ ਨਗਰ ਦਾ ਮਾਣ ਮੱਤਾ ਖਿਡਾਰੀ, ਭਾਰੋ ਲੰਗੇ ਦੇ ਚਿੜੀ ਵਾਂਗ ਆਉਣ ਵਾਲੇ ਸਿੰਘ ਦਾ ਸਟਾਰ ਬਣੇਗਾ। ਲਾ ਖੇਡ ਦੇ ਮੈਦਾਨ ਵਿੱਚ ਹੈ ਲਵਪ੍ਰੀਤ ਸਿੰਘ, ਭਰਾ ਹੈ ਜੀਤੂ ਪਰ ਰੋਕਿਆ ਕਿੱਥੇ ਰੁਕਦੀਆਂ ਲਹਿਰਾਂ ਹੈ ਚਨਾਬ ਦੀਆਂ। ਸਾਰ ਵੀ ਹੈ ਸਾਡੇ ਵੀਰ ਜੀਤਾ ਯੂਕੇ ਜੀ ਲੱਲੇ ਤੇਰੇ ਵਾਸਤੇ ਮਾਣ ਭੇਜਣਗੇ। ਸਾਹਮਣੇ ਕਬੱਡੀ ਬਿਹਾਰੀ ਪ੍ਰੀਆ ਦੀ ਖੇਡ ਦੇ ਮੈਦਾਨ 'ਚ ਇਸ ਵੇਲੇ ਪੈਂਦੀ ਹੋਈ ਚਾਰ ਜਾਫੀਆਂ ਦੇ ਚੌਕਾ ਡੱਕੂ ਸਾਨੂੰ ਅੱਡੀਆਂ ਚੁੱਕ ਚੁੱਕ ਵੇਖਦੇ ਸਾਡੇ ਡਾਲਿਆ ਪੱਟਾਂ ਵਿੱਚ ਜਾਣ, ਹੱਥ ਜਿਹੜੇ ਕੰਮ ਨੂੰ ਪਾ ਲਈਏ ਉਹਦੇ ਬਣ ਜਾਈਏ ਸੁਲਤਾਨ। ਸਾਨੂੰ ਸ਼ਾਂ ਕਬੱਡੀ ਖੇਡਣ ਦਾ ਜੋ ਸਾਡੀ ਮੁਰਤੋਂ ਹੈ ਜਿੰਦ ਜਾਨ। ਅਮਨ ਦੀ ਕਬੱਡੀ, ਲੈ ਵੀ ਅਮਨ ਕੈਨੇਡਾ ਵੱਲੋਂ ਵੀ ਮਾਨ ਸਨਮਾਨ ਭੇਜੇ ਜਾਣਗੇ। ਆਹ ਅਮਨ ਕੈਨੇਡਾ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਾਡੇ ਵੀ ਅਵਤਾਰ ਸਿੰਘ ਦੀ ਤਾਰੀ ਯੂਕੇ ਅਮਨ ਕੈਨੇਡਾ ਵੱਲੋਂ ਲੱਲੇ ਦੀਆਂ ਤਿੰਨ ਕਬੱਡੀਆਂ ਤੇ ਮਾਨ ਸਨਮਾਨ ਭੇਜਿਆ ਜਾਵੇਗਾ ਜੇ ਨਹੀਂ ਗੱਲ ਲੱਗੇਗਾ ਤੇ ਲੱਲੇ ਦੇ ਲਈ ਉੱਥੇ ਤਾਰੀਬਾਜ ਯੂਕੇ ਵੱਲੋਂ ਵੀ ਮਾਨ ਸਨਮਾਨ ਲੱਲੇ ਦੇ ਵਾਸਤੇ। ਖੇਡ ਦੇ ਮੈਦਾਨ ਵਿੱਚ ਸਾਹਮਣੇ ਲੱਲੇ ਤੇਰੀਆਂ ਤਿੰਨ ਕਬੱਡੀਆਂ ਤੇ ਅਮਨ ਕੈਨੇਡਾ ਵੱਲੋਂ ਮਾਨ ਸਨਮਾਨ। ਬਲਵਿੰਦਰ ਸਿੰਘ ਯੂਕੇ 200 ਰੁਪਈਆ ਅਮਨ ਦੇ ਵਾਸਤੇ, ਗਰਵੇਸ ਹੋਤਾ ਯੂਕੇ ਅਮਨ ਦੇ ਵਾਸਤੇ ਇਹ ਮਾਨ ਸਨਮਾਨ ਭੇਜਦੇ ਨੇ। ਬਹੁਤ ਬਹੁਤ ਧੰਨਵਾਦ ਹੈ। ਇਹਦਾ ਜਿਹੜਾ ਰਾਹੀ ਜਫਾ ਲਾਵੇਗਾ ਜੀਤਾ ਯੂਕੇ ਵੱਲੋਂ 100 ਰੁਪਏ ਰਹੇਗਾ। ਬਿੱਟੂ ਮਿਸਤਰੀ ਜੀ ਅਮਨ ਦੇ ਵਾਸਤੇ 100 ਰੁਪਏ ਦਾ ਮਾਨ ਭੇਜਦੇ ਨੇ। ਉੱਥੇ ਅਮਨ ਕੈਨੇਡਾ ਵੀਰ ਪੰਜਾਬੀ ਬੋਲਾਂ ਦਾ ਵੱਡਾ ਮਾਨ ਕਰਦਾ, ਬਹੁਤ ਬਹੁਤ ਧੰਨਵਾਦ ਇਸ ਵੀਰ ਦਾ। ਇਹ ਪੰਮਾ ਯੂਕੇ ਵੱਲੋਂ 200 ਰੁਪਈਆ ਲੱਲੇ ਦੇ ਵਾਸਤੇ ਹੈ। ਅਮਨ ਵੀਰ ਦਾ ਬਹੁਤ ਬਹੁਤ ਧੰਨਵਾਦ, ਵੱਡਾ ਮਾਨ ਪੰਜਾਬੀ ਬੋਲਾਂ ਦਾ ਭੇਜਦਾ ਹੈ। ਇਧਰ ਅਮਨ ਦੀ ਕਬੱਡੀ, ਅਮਨ ਨੂੰ ਕਾਂ ਡੱਕੂਗਾ, ਲੈ ਵੀ ਮੰਗੇ ਵੀ ਤੱਕ ਉਧਰ ਜਫਾ ਬਿਹਾਰੀ ਪ੍ਰੀਆ ਲਾਉਂਦਾ ਖੇਡ ਦੇ ਮੈਦਾਨ ਵਿੱਚ ਨੰਬਰ। ਹੁਣ ਮੰਗੇ ਵੀਰ ਕਿਹਦੇ ਵਾਸਤੇ ਹੈ ਨੰਬਰ? ਜਾਫੀ ਦੇ ਵਾਸਤੇ, ਨੰਬਰ ਬਿਹਾਰੀਪੁਰ ਦੇ ਵਾਸਤੇ। ਇਹ ਹੈ ਆਤੂ ਨਾਨਵਰ, ਔਰ ਇਧਰ ਛੋਟਾ ਮੋਤੀ ਜੇ ਰਹਾ ਲਾ ਗਿਆ ਤੇ 500 ਮੋਤੀ ਕਹਿੰਦਾ ਵੀ ਆਪਣੇ ਵੱਲੋਂ। ਲੱਲੇ ਦੀ ਕਬੱਡੀ ਤੇ ਤਿੰਨ ਕਬੱਡੀਆਂ ਤੇ ਅਮਨ ਕੈਨੇਡਾ ਵੱਲੋਂ 200 ਲੱਗਾ ਹੈ ਜੇ ਰਹਾ ਲੱਗ ਗਿਆ ਤੇ ਰਾਹੀਰਾ ਆ ਹੈ ਸੰਦੀਪ ਸਿੰਘ, ਜੇ ਨਹੀਂ ਰਹਾ ਲੱਗਾ ਤੇ ਲੱਲੇ ਦੇ ਵਾਸਤੇ ਤਾੜੀ ਮਾਰ ਦਿਓ। ਲਾ ਇੱਕ ਕਬੱਡੀ ਬਾਕੀ ਹੈ, ਇੱਧਰ ਸਾਡਾ ਸੀਤਾ ਵੀਰ ਵੀ ਆਇਆ ਮੈਂ ਤੇ ਗੱਫੇ ਲੈ ਕੇ 500 ਰੁਪਈਆ ਲੱਲੇ ਦੇ ਵਾਸਤੇ, ਲੱਲੇ ਦੇ ਵਾਸਤੇ 500 ਰੁਪਈਆ ਵੀਕੇ ਵੀਰ ਵੱਲੋਂ ਲੱਲੇ ਦੇ ਵਾਸਤੇ 200 ਰੁਪਈਆ। ਬਲਵਿੰਦਰ ਸਿੰਘ ਯੂਕੇ 200 ਰੁਪਈਆ ਲੱਲੇ ਦੇ ਵਾਸਤੇ ਮਾਨ ਭੇਜਦੇ, ਬਹੁਤ ਬਹੁਤ ਧੰਨਵਾਦ। ਔਰ ਇਧਰ ਸਾਹਮਣੇ ਤੱਕ ਵੀ ਵੀਰ ਆ ਕਬੱਡੀ ਤੇ ਕਾਂ ਡੱਕੂ ਨਾੜਵਾ ਨੂੰ, ਇਹ ਆ ਲੱਲੇ ਦੀ ਕਬੱਡੀ, ਜੇ ਰਹਾ ਲੱਗ ਗਿਆ ਤੇ ਲੱਲੇ ਦੀ ਕਬੱਡੀ ਦੇ ਜੇ ਦਫਾ ਲੱਗ ਗਿਆ ਤੇ ਰਾਫੀ ਦਾ 200, ਨਹੀਂ ਤੇ ਲੱਲੇ ਦੇ ਵਾਸਤੇ। ਅਮਨ ਵੀਰ ਦਾ ਬਹੁਤ ਬਹੁਤ ਧੰਨਵਾਦ, ਵੱਡਾ ਮਾਣ ਪੰਜਾਬੀ ਬੋਲਾਂ ਦਾ ਕਰਦਾ ਹੈ। ਲੈ ਤਾੜੀ ਮਾਰ ਦਿਓ ਅਮਨ ਦੇ ਵਾਸਤੇ 200 ਰੁਪਈਆ, ਇਹ ਹੈ ਲੱਲਾ ਨਾੜਵਾ। ਲੈ ਵੀ ਮੰਗੇ ਵੀਰ ਜੇ ਟੀਮ ਜਿੱਤ ਗਈ ਭਾਣੋ ਲੰਗਾ ਤੇ 500 ਤੇਰੇ ਵੱਲੋਂ। ਇਹ ਭਾਣੋ ਲੰਗੇ ਦੀ ਟੀਮ ਹੈ, ਦੂਸਰੇ ਪਾਸੇ ਬਿਹਾਰੀਪੁਰ ਹੈ, ਸੈਮੀ ਫਾਈਨਲ ਮੈਚ ਹੈ। 12 ਨੰਬਰ ਨੇ ਇਸ ਵੇ, 15 ਨੰਬਰ ਹੈ, 15 ਨੰਬਰਾਂ ਦਾ ਮੈਚ ਹੈ ਭਾਣੋ ਲੰਗਾ ਤੇ ਬਿਹਾਰੀਪੁਰ। ਭਾਣੋ ਲੰਗੇ ਦੇ 7 ਨੰਬਰ ਹੈ, ਬਿਹਾਰੀਪੁਰ ਦੇ 11 ਨੰਬਰ ਹੈ। ਇਹ ਬਹੁਤ ਤਕੜਾ ਸੈਮੀ ਫਾਈਨਲ ਮੈਚ ਮੀਕੇ ਵੀਰ, ਜੇ ਭਾਣੋ ਲੰਗਾ ਜਿੱਤ ਗਿਆ 500 ਤੇਰੇ ਵੱਲੋਂ ਵੀ ਹੋਊਗਾ, ਜੇ ਜਿੱਤੇਗਾ, ਜੇ ਜਿੱਤੇਗਾ। ਲੈ ਵੀ ਮੀਤੇ ਦੀ ਕਬੱਡੀ,
ਨਿੱਪੀ ਅਮਨ ਕੈਨੇਡਾ ਵੱਲੋਂ ਜਿੰਨੇ ਦਫੇ 1900 ਭਾਣੋ ਲੰਗੇ ਵਾਲੇ ਜਿੰਨੇ ਦਫੇ ਲਾਉਣਗੇ ਜੀਤੇ ਵੀਰ ਵੱਲੋਂ ਵੀ 1900 ਦਿੱਤੇ ਜਾਣਗੇ ਭਾਣੋ ਲੰਗੇ ਵਾਲੇ ਜਿੰਨੇ ਦਫੇ ਲਾਉਣਗੇ ਪਰ ਬਿਹਾਰੀਪੁਰ ਦੇ ਚਾਰ ਰਿਹਾਈ ਕਿ ਆਰ ਮੰਗਾ ਵੀਰ ਕਹਿੰਦਾ ਵੀ ਜਿੰਨੇ ਦਫੇ ਮੈਂ 200 ਹੋ ਗਿਆ ਵੀ ਭਾਣੋ ਲੰਗੇ ਵਾਲੇ ਜਿੰਨੇ ਦਫੇ ਨੇ 200 ਸਾਰ ਵੀ ਦੀਪਾ ਸ਼ਾਹ ਸਾਡਾ ਵੀਰ ਗੁਰਮੇਲ ਯੂਕੇ ਗੇਲਾ ਯੂਕੇ ਵੱਲੋਂ ਆਰ ਜੀਤੇ ਵੀਰ ਵੱਲੋਂ 100 ਰੁਪਈਆ ਬੂਟਾ ਯੂਕੇ ਵੱਲੋਂ 100 ਰੁਪਏ ਇਸ ਨੌਜਵਾਨ ਦੇ ਲਈ ਤੇ ਬਿੱਲੇ ਵੀਰ ਵੱਲੋਂ ਬਿੱਲਾ ਯੂਕੇ ਵੱਲੋਂ ਵੀ 100 ਰੁਪਈਆ ਬਿਹਾਰੀ ਪ੍ਰਦੇਸ਼ ਜਾਫੀ ਦੇ ਵਾਸਤੇ ਲਓ ਆਹ ਹੈ ਭਾਣੋ ਲੰਗੀਆ 100 ਰੁਪਏ ਇਸ ਜਾਫੀ ਦੇ ਵਾਸਤੇ ਸਾਡੇ ਵੀਰ ਸੀਤਾ ਯੂਕੇ ਵੱਲੋਂ ਵੀ ਜਿਹੜੇ ਨੌਜਵਾਨ ਬਿਹਾਰੀਪੁਰੀਆ ਨੇ ਜਫਾ ਲਾਇਆ ਜੀਤਾ ਯੂਕੇ ਵੱਲੋਂ 100 ਰੁਪਈਆ ਦੀਪਾ ਸਾਡਾ ਵੀਰ ਬੂਟਾ ਯੂਕੇ ਤੋਂ 100 ਰੁਪਈਆ ਉਹ ਜਾਫੀ ਦੇ ਵਾਸਤੇ ਆਰ ਪੈਂਦੀ ਹੈ ਕਬੱਡੀ ਤੇ ਲਾ ਵੀ ਹਰ ਨੌਜਵਾਨਾ ਇਧਰ ਲੱਲਾ ਨੰਬਰ ਜੋੜ ਗਿਆ ਭਾਣੋ ਲੰਗੇ ਦੇ ਵਾਸਤੇ ਤਾੜੀ ਮਾਰ ਦਿਓ ਲੱਲਾ ਭਾਣੋ ਲੰਗੇ ਵਾਲਾ ਬਈ ਪੈਸਿਆਂ ਦੀ ਕੋਈ ਗੱਲ ਨਹੀਂ ਜੇ ਮੈਚ ਚੰਗਾ ਲੱਗਦਾ ਤਾੜੀ ਮਾਰ ਕੇ ਦੱਸੋ ਇੱਕ ਵਾਰੀ ਪੈਸਿਆਂ ਦੀ ਕੋਈ ਗੱਲ ਨਹੀਂ ਭਾਣੋ ਲੰਗਾ ਬਿਹਾਰੀਪੁਰ ਗੁਆਨੀ ਪਿੰਡ ਹੈ ਸੀਤੇ ਵੀਰ ਵੱਲੋਂ ਵੀ 100 ਰੁਪਈਆ ਜਾਫੀ ਦੇ ਵਾਸਤੇ ਅਮਨ ਕੈਨੇਡਾ ਵੱਲੋਂ ਜਿੰਨੇ ਦਫੇ ਉਹਨੇ 200 ਮੰਗਾ ਯੂਕੇ ਵੱਲੋਂ ਉਹਨੇ 200 ਲਿੱਤੇ ਜਾਣਗੇ ਇੱਧਰ ਬਲਵਿੰਦਰ ਸਿੰਘ ਯੂਕੇ ਗੁਰਮੇਲ ਯੂਐਸਏ ਨੀਕੇ ਬਾਜੀ ਆਇਓ ਉੱਧਰ ਇਹ ਤਾਂ ਸੁੱਖਾ ਸਰਪੰਚ ਧਰਮੇਸ਼ ਸਿੰਘ ਜੀ ਸਾਰਵੀਆ ਲੱਲੇ ਦੇ ਵਾਸਤੇ ਮਾਣ ਵੇਚਦੇ ਨੇ ਬਹੁਤ ਬਹੁਤ ਧੰਨਵਾਦ ਲਾ ਲਾ ਪ੍ਰੀਤ ਸਿੰਘ ਲੱਲੇ ਦੀ ਕਬੱਡੀ ਖੇਡ ਦੇ ਮੈਦਾਨ ਪਾ ਚੁੱਕੀ ਹੈ ਔਰ ਇੱਕ ਇੱਕ ਨੰਬਰ ਰੱਖਿਆ ਵੀ ਕੀਮਤੀ ਹੈ ਲਾ ਇੱਕ ਪਾਸੇ ਭਾਣੋ ਲੰਗਾ ਦੂਸਰੇ ਪਾਸੇ ਬਿਹਾਰੀਪੁਰ ਆ ਲੱਲਾ ਜਾਂਦਾ ਭੱਜਿਆ ਧਾਰੀ ਮਾਰ ਦੇ ਲੱਲੇ ਦੇ ਵਾਸਤੇ ਜੋਰ ਇਹਦਾ ਨੀ ਆ ਮਾੜਾ ਕੰਮ ਹੈ ਇਹਦਾ ਨੀ ਬਈ ਖਿਡਾਰੀ ਵੀਰੋ ਅਮਰੀਕ ਮੀਕਾ ਜੀ ਜੇ ਬਿਹਾਰੀਪੁਰ ਦੀ ਗੱਲ ਕਰੀਏ ਤੇ ਭਾਣੋ ਲੰਗੇ ਦੀ ਗੱਲ ਕਰੀਏ ਕੋਈ ਖਾਸ ਫਰਕ ਨਹੀਂ ਹਾਂਜੀ ਪਰ ਖਿਡਾਰੀ ਵੀਰੋ ਆਪਾਂ ਰੋਜ਼ ਖੇਲਣਾ ਹੈ ਹਲੋ ਬਈ ਖਿਡਾਰੀਓ ਹਾਰ ਜਿੱਤ ਬਣੀ ਹੈ ਕੋਈ ਗੱਲ ਨਹੀਂ ਪਰ ਇਦਾਂ ਨੀ ਪਿਆਰ ਨਾ ਚੱਲਦੇ ਮੈਚ ਤੋਂ ਪਹਿਲਾਂ ਜੈਸ਼ ਲੱਗੇਗਾ ਇੱਧਰ ਕਬੱਡੀ ਭਾਣੋ ਲੰਗੇ ਵਾਲੇ ਜਿੰਨੇ ਜਫੇ ਲਾਉਣਗੇ ਉਹਨੇ 200 ਅਮਨ ਕੈਨੇਡਾ ਤੇ ਮੰਗਾ ਯੂਕੇ ਵੱਲੋਂ ਲਾ ਕਬੱਡੀ ਤੇ ਸਾਂਭਲਿਆ ਵੀ ਨੌਜਵਾਨਾ ਪਰ ਇਹਦੇ ਨਾਲ ਹੀ ਜਿੱਤ ਹਾਰ 100 ਰੁਪਈਆ ਸਾਡੇ ਬਿੱਲਾ ਯੂਕੇ ਦੀ ਭਾਣੋ ਲੰਗੇ ਦੇ ਨੰਬਰ ਲਾ ਇਹਦੇ ਨਾਲ ਹੀ ਮੈਚ ਸਮਾਪਤ ਹੈ ਭਾਣੋ ਲੰਗੇ ਦੇ 9 ਨੰਬਰ ਨੇ ਬਿਹਾਰੀਪੁਰ ਦੇ 15 ਨੰਬਰ ਨੇ ਤਾੜੀ ਮਾਰਦੇ ਬਿਹਾਰੀਪੁਰ ਜੇਤੂ ਨਾ ਵੀ ਨਾ ਚੀਕਾਂ ਨੀ ਮਾਰਨੀਆਂ ਤਾੜੀ ਮਾਰੋ ਹੱਲਾ ਸ਼ਰੀ ਤੇ ਕੋਈ ਗੱਲ ਨੀ ਜਿੱਤ ਹਾਰ ਤੇ ਬਣੀ ਹੈ ਇਹ ਜ਼ਿੰਦਗੀ ਦੇ ਦੋ ਪਹਿਲੂ ਹੈ ਜਿੱਤ ਹਾਰਾਂ ਤੇ ਬਣੀਆਂ ਜ਼ਿੰਦਗੀ ਦੇ ਨਾਲ ਹੀ ਮੈਚ ਜਿਹੜਾ ਸਮਾਪਤ ਹੋ ਗਿਆ 1 ਮਿੰਟ ਸਾਨੂੰ ਦੇ ਦਿਓ ਸਾਡੇ ਬਹੁਤ ਹੀ ਸਤਿਕਾਰਯੋਗ ਲਾਭਚੰਦ ਜੀ ਲੰਬੜਦਾਰ ਸਾਹਿਬ ਸਿਗੜੀ ਤੋਂ 1000 ਰੁਪਈਆ ਸਾਡੀ ਮੇਰੀ ਕਲੱਬ ਨੂੰ ਭੇਜ ਦੇਣੇ ਆਪਾਂ ਧੰਨਵਾਦ ਆਖਾਂਗੇ ਕਮਲਜੀਤ ਸਿੰਘ ਜੀ ਸ਼ਾਲਾਪੁਰ ਪੀਟਰ ਦੇ ਪਿੰਡ 1100 ਰੁਪਈਆ ਸਾਡੀ ਕਲੱਬ ਨੂੰ ਭੇਜ ਦੇਣੇ ਆਪਾਂ ਧੰਨਵਾਦ ਆਖਦੇ ਹਾਂ ਤਰਲੋਕ ਸਿੰਘ ਜੀ ਠੇਕੇਦਾਰ ਕਾਲਮਾ ਤੋਂ ਔਰ 1100 ਰੁਪਈਏ ਭੇਜ ਦੇ ਨੇ ਅਸੀਂ ਜੀ ਹਾਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਹੈਲੋ ਉਹ ਬਾਜੀ ਬਾਬਾ ਜਗੀਰਦਾਸ ਸਰਬ ਭਾਣੋ ਲੰਗਾ ਤੇ ਮਾਲੂਪੁਰ 68 ਕਿਲੋ ਟੀਮਾਂ ਕਿਉਂ ਨਹੀਂ ਆ ਰਹੀਆਂ ਗਰਾਊਂਡ ਵਿੱਚ ਸਾਡੇ ਵਿੱਚ ਜੀਤਾ ਯੂਕੇ ਤੇ ਸੀਤਾ ਯੂਕੇ ਵੱਲੋਂ ਬਿਹਾਰੀਪੁਰ ਦੇ ਦੋਨਾਂ ਰੇਡਰਾਂ ਦੇ ਵਾਸਤੇ 1000 ਰੁਪਏ ਦਾ ਮਾਨ ਪੁੱਜਿਆ ਬਾਦ ਬਾਦ ਧੰਨਵਾਦ ਹੈ ਹਾਂਜੀ ਕਮਲਜੀਤ ਸਿੰਘ ਜੀ ਸ਼ਾਲਾਪੁਰ ਸੰਦੀਪ ਬਾਬਾ ਜੀ ਸਿਦਮਾ ਵਾਲੇ ਵੀ ਪੁੱਜੇ ਆਪਣੇ ਸਾਥੀਆਂ ਨਾਲ ਉਹਨਾਂ ਦਾ ਵੀ ਬਾਦ ਬਾਦ ਧੰਨਵਾਦ ਹੈ ਲਾਭਚੰਦ ਸਿਗੜੀ ਵਾਲੇ ਉਹਨਾਂ ਦਾ ਮਾਨ ਸਨਮਾਨ ਹੋਏਗਾ ਤਰਲੋਕ ਸਿੰਘ ਜੀ ਠੇਕੇਦਾਰ ਕਾਲਮਾ ਵਾਲੇ ਤੁਹਾਡਾ ਵੀ ਮਾਨ ਸਨਮਾਨ ਹੋਏਗਾ ਸੋ ਜਿਹਨਾਂ ਦੇ ਆਪਾਂ ਨਾਂ ਅਲੋਟਮੈਂਟ ਕੀਤੀ ਹੈ ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਣਾ ਮਾਨ ਸਨਮਾਨ ਹਾਸਲ ਕਰਨ ਦੀ ਹਾਂਜੀ ਲਾਭਚੰਦ ਜੀ ਸਿਗੜੀ ਵਾਲੇ ਉਹਨਾਂ ਦਾ ਮਾਨ ਸਨਮਾਨ ਸਰਦਾਰ ਤਰਲੋਕ ਸਿੰਘ ਜੀ ਠੇਕੇਦਾਰ ਸਾਹਿਬ ਉਹਨਾਂ ਦਾ ਨਾਲ ਉਹਨਾਂ ਦੇ ਕਮਲਜੀਤ ਸਿੰਘ ਜੀ ਸ਼ਾਲਾਪੁਰ ਤੋਂ ਆਲਮਗੀਰ ਜੀ ਦਿਆਲਪੁਰ ਵਾਲੇ ਖੇਡ ਦੇ ਮੈਦਾਨ ਜਾਣਗੇ ਆਲਮਗੀਰ ਦਿਆਲਪੁਰ ਅੰਤਰਰਾਸ਼ਟਰੀ ਖੇਡ ਬੁਲਾਰੇ ਨੇ ਭਾਜੀ ਮਾਲੂਪੁਰ ਤੇ ਬਾਬਾ ਜਗੀਰਦਾਸ ਕਲੱਬ ਭਾਣੋ ਲੰਗੇ ਨੂੰ ਅੱਧਾ ਘੰਟਾ ਹੋ ਗਿਆ ਕਾਲ ਕੀਤੀ ਨੂੰ ਇਹ ਦੋਨੋਂ ਟੀਮਾਂ ਕਿਉਂ ਨਹੀਂ ਆ ਰਹੀਆਂ ਇਹ ਦੋਨੋਂ ਟੀਮਾਂ ਅਸੀਂ ਸਕਰੈਚ ਕਰਨ ਲੱਗੇ ਆ ਮਾਲੂਪੁਰ ਵਾਲੇ ਆ ਗਏ ਆ ਤੇ ਬਾਬਾ ਜਗੀਰਦਾਸ ਕਲੱਬ ਦੀ ਟੀਮ ਗਰਾਊਂਡ ਤੇ ਜਾ ਰਹੀ ਹਰਭਜਨ ਸਿੰਘ ਜੀ ਸਰਪੰਚ ਸਾਹਿਬ ਅੱਛੀ ਗਲੀ ਤੋਂ ਉਹਨਾਂ ਨੂੰ ਬੇਨਤੀ ਕਰਦੇ ਹੋਈ ਆਪਣਾ ਸਨਮਾਨ ਚਿੰਨ ਹਾਸਲ ਕਰਨ ਦੀ ਹਰਭਜਨ ਸਿੰਘ ਜੀ ਆਲਮਗੀਰ ਜੀ ਦਿਆਲਪੁਰ ਸਜੀਤ ਸਿੰਘ ਜੀ ਹੌਲਦਾਰ ਸਾਹਿਬ 1100 ਰੁਪਈਆ ਸਾਡੀ ਕਮੇਟੀ ਨੂੰ ਭੇਜਦੇ ਨੇ
ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਵੇਗਾ। ਸਰਜੀਤ ਸਿੰਘ ਜੀ ਹੌਲਦਾਰ ਸਾਹਿਬ ਉਹ ਵੀ ਆਪਣਾ ਸਨਮਾਨ ਜਨ ਹਾਸਲ ਕਰ ਲਈ। ਆਲਮਗੀਰ ਦਿਆਲਪੁਰ ਪਾਣੀ ਦੀ ਕਬਾਲਟੀ ਗਰਾਂਡ ਬੰਦ ਕਰਦੇ ਜੀ। ਇੱਥੇ ਸਾਡੇ ਹਾਲਦਾਰ ਵੀਰ ਆ, ਪੰਜਾਬ ਪੁਲਿਸ ਵਾਲੇ ਵੀਰ ਵੀ ਬਚ ਗਿਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਪੰਜਾਬ ਪੁਲਿਸ ਦੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ।